ਗੱਲਬਾਤ ਲੋਕਾਂ ਨਾਲ ਕਰਦੇ ਬਾਈ ਜੀ, ਦਿੱਕਤਾਂ ਕਿੰਨੀਆਂ ਆ ਰਹੀਆਂ ਨੇ ਡਾਕਟਰ ਨੇ ਸਟ੍ਰਾਈਕ 'ਤੇ ਜਾ ਰਹੇ ਨੇ ਇਹਦੀਆਂ ਮੰਗਾਂ ਨੂੰ ਲੈ ਕੇ? ਸਰ ਦਿੱਕਤ ਤਾਂ ਆ ਹੀ ਰਹੀ ਹੈ ਜੀ, ਕਿਉਂਕਿ ਜੇ ਮੰਨ ਲਓ ਕਿਸੇ ਨੂੰ ਕੋਈ ਦਿੱਕਤ ਪੈਂਦੀ ਹੈ ਤਾਂ ਐਟ ਅ ਟਾਈਮ ਡਾਕਟਰ ਦੇ ਕੋਲ ਹੀ ਭੱਜਦੇ ਹਾਂ ਜੀ ਆਪਾਂ। ਸਾਹਮਣੇ ਆਪਾਂ ਨੂੰ ਪਤਾ ਲੱਗੇ ਕਿ OPD ਬੰਦ ਹੈ ਜਾਂ ਡਾਕਟਰ ਆਪਣੀ ਸੀਟ 'ਤੇ ਨਹੀਂ ਹੈਗੇ ਤਾਂ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਜੀ। ਜਿੱਦਾਂ ਕਿ ਹੁਣ ਮੈਂ ਆਇਆ ਸੀਗਾ ਜੀ, ਤਾਂ ਮੈਂ ਗੌਰਮੈਂਟ ਸਰਵਿਸ ਵਾਸਤੇ ਆਪਣਾ ਮੈਡੀਕਲ ਕਰਵਾਉਣ ਆਇਆ ਸੀਗਾ, ਤਾਂ ਬੁੱਧਵਾਰ ਨੂੰ ਵੀ ਅਸੀਂ ਆਏ ਸੀਗੇ, ਉਸ ਦਿਨ ਵੀ ਸਾਨੂੰ ਡਾਕਟਰ ਨਹੀਂ ਮਿਲੇ। ਕੱਲ੍ਹ 15 ਅਗਸਤ ਛੁੱਟੀ 'ਤੇ ਸੀਗੇ ਜੀ, ਅਤੇ ਅੱਜ ਪਤਾ ਚੱਲਿਆ ਸੀਗਾ ਕਿ ਅੱਜ ਮੈਡੀਕਲ ਕਰਵਾ ਲਾਂਗੇ, ਬਟ ਇੱਥੇ ਆ ਕੇ ਪਤਾ ਲੱਗਿਆ OPD ਬੰਦ ਹੈ। OPD ਬੰਦ ਹੋਣ ਕਰਕੇ ਤਾਂ ਕੋਈ ਵੀ ਪਰਚੀ ਨਹੀਂ ਕੱਟੀ ਜਾ ਰਹੀ, ਕੋਈ ਵੀ ਡਾਕਟਰ ਆਪਣੀ ਸੀਟ 'ਤੇ ਨਹੀਂ ਮਿਲ। ਮੁਸ਼ਕਲ ਕਿੰਨੀ ਆ ਰਹੀ ਹੈ ਜਦੋਂ ਇੱਥੇ ਦਵਾਈ ਲੈਣ ਆਉਂਦੇ ਹੋ, ਡਾਕਟਰ ਨਹੀਂ ਮਿਲਦੇ? ਬਹੁਤ ਮੁਸ਼ਕਿਲ ਆਤੀ ਹੈ ਜੀ, ਕਿਉਂਕਿ ਆਪਾਂ ਇੰਨਾ ਦੂਰ ਸੇ ਆਏ ਹੈਂ, ਇੱਕ ਤਾਂ ਕੰਮ ਵੀ ਥੋੜ੍ਹੇ ਹੈ, ਦਿਹਾੜੀ ਵੀ ਥੋੜ੍ਹੇ ਹੈ, ਔਰ ਉਸਕੇ ਬਾਅਦ ਯਹਾਂ ਦਵਾਈ ਵੀ ਨਹੀਂ ਮਿਲੀ, ਔਰ ਪਰੇਸ਼ਾਨੀ ਵੀ ਹੈ, ਤਕਲੀਫ਼ ਵੀ ਜ਼ਿਆਦਾ ਹੈ। ਕਿੱਥੋਂ ਆਏ ਹੋ, ਕੀ ਮੈਡੀਸਨ ਲੈਣੀ ਸੀ, ਡਾਕਟਰ ਮਿਲੇ ਕਿ ਨਹੀਂ ਮਿਲੇ? ਨਹੀਂ ਜੀ, ਆਸਪੋਸ ਹੋਸਪਿਟਲ ਬੰਦ ਹੈ ਜੀ, ਉਸ ਵੀ ਆਉਂਦੇ ਹੈਗੇ ਤਾਂ ਹਮਲੋਕ ਸਹੀ ਮਾਇਨੇ ਮੇਂ ਦਵਾਈ ਸਹੀ ਮਿਲਦੀ ਨਹੀਂ, ਡਾਕਟਰ ਨਹੀਂ ਮਿਲਦੇ ਕਦੇ ਆਓ, ਵੀ ਪਰੇਸ਼ਾਨੀ ਤਾਂ ਬਹੁਤ ਦਿੱਕਤਾਂ ਉਠਾਉਣੀ ਪੜਤੀ ਹੈ ਜੀ। ਮਾਤਾ ਕੀ ਦਿੱਕਤ ਕਿੰਨੀ ਆ ਰਹੀ ਹੈ, ਹੋਸਪਿਟਲ ਆਏ ਹੋ, ਡਾਕਟਰਾਂ ਦੀ ਹੜਤਾਲ ਆ ਰਹੀ ਹੈ ਜੀ, ਜਦੋਂ ਉਹਨਾਂ ਵੀ ਹੜਤਾਲ ਕਰ ਰੱਖਿਆ, ਦਿੱਕਤ ਤਾਂ ਆਉਣੀ ਹੈ। ਹੁਣ ਜੀ ਅਸੀਂ ਮੈਡਮ ਨੂੰ ਇੰਨਾ ਸੀਗਾ, ਮਸਾਂ ਘਰੋਂ ਆਉਂਦੇ ਹਾਂ ਨਾ, ਅਤੇ ਪਰੇਸ਼ਾਨੀ ਤਾਂ ਆਉਂਦੀ ਹੈ। ਹਾਂਜੀ, ਕਿਉਂਕਿ ਪਹਿਲਾਂ ਵੀ ਕਈ ਦਿਨ ਛੁੱਟੀਆਂ ਸੀ, 15 ਅਗਸਤ ਦਾ ਪ੍ਰੋਗਰਾਮ ਸੀਗਾ, ਅੱਜ ਹੋਸਪਿਟਲ ਖੋਲ੍ਹੇ। ਹਾਂਜੀ, ਕੀ ਦਵਾਈ ਕੀ ਲੈਣੀ ਸੀ? ਦਵਾਈ ਤਾਂ ਜੀ ਆਪਰੇਸ਼ਨ ਕਰਵਾਉਣਾ ਸੀ, ਪੱਥਰੀ ਦਾ ਤਰੀਕ ਦਿੱਤੀ ਸੀਗੀ ਮੈਡਮ ਨੇ, ਫਿਰ ਅੱਜ ਜਦੋਂ ਮੈਡਮ ਹੀ ਨਹੀਂ ਮਿਲ ਰਹੀ, ਫਿਰ ਸਾਡੀ ਵੀ ਤਰੀਕ ਵੀ ਲੇਟ ਹੀ ਹੋ ਗਈ, ਜਦੋਂ ਫਿਰ ਹਸਪਤਾਲ ਨਾ ਖੁੱਲੂਗਾ ਤਾਂ। ਕਿਹੜੇ ਪਿੰਡੋਂ ਆਏ ਹੋ, ਮੁਸ਼ਕਲ ਕਿੰਨੀ ਹੁੰਦੀ ਹੈ ਜਦੋਂ ਪਿੰਡ 'ਚੋਂ ਗਰਮੀ 'ਚੋਂ ਚੱਲ ਕੇ ਆਵੇ ਮਰੀਜ਼ 'ਤੇ? ਰੋਟੀ ਪਾਣੀ ਨਹੀਂ ਖਾਧਾ, ਨਰਨੇ ਅੰਦਰ ਆਉਂਦੇ ਹੈਗੇ, ਜਦੋਂ ਵੀ ਹਰ ਟਾਈਮ 'ਤੇ ਆਉਂਦੇ ਆ, ਉਦੋਂ ਨਰਨੇ ਅੰਦਰ ਆਉਂਦੇ ਆ, ਪਰ ਮੁਸ਼ਕਲ ਤਾਂ ਹੋ ਹੀ ਜਾਂਦੀ ਆ, ਬੱਸਾਂ ਕੱਟਣ ਦੇ ਵਿੱਚ ਗਰਮੀ 'ਚ ਭੁੱਖੇ ਤਹਿ ਤੁਰੇ ਫਿਰਦੇ ਰਹਿੰਦੇ ਆ। ਬਿਲਕੁਲ, ਹੋਰ ਲੋਕ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ, ਬਾਈ ਜੀ ਇਹ ਸਾਲ ਦੇ 'ਚ ਹੋਸਪਿਟਲ ਆਏ ਹੋ ਅਤੇ ਡਾਕਟਰ ਨਹੀਂ ਮਿਲ ਰਹੇ, ਦਿੱਕਤ ਕਿੰਨੀ ਹੈ? ਇਸ ਤੋਂ ਪਹਿਲੀ ਵਾਰ ਆਏ, ਪਹਿਲੀ ਵਾਰੀ ਆਏ, ਦਿੱਕਤ ਕਿੰਨੀ ਆ ਰਹੀ ਹੈ? ਪਹਿਲੀ ਵਾਰੀ ਆਏ, ਇਸ ਤੋਂ ਆਏ ਹੋਣਾ ਪਹਿਲੀ ਵਾਰ, ਡਾਕਟਰ ਮਿਲ ਗਏ? ਮਿਲਣਾ ਹੈ ਜੀ, ਡਾਕਟਰਾਂ ਦੇ ਹੜਤਾਲ ਚੱਲੀ ਦੀ, ਡਾਕਟਰ ਦਾ ਮਿਲਣਾ ਨਹੀਂ ਕੋਈ? ਡਾਕਟਰ ਮਿਲਣਾ, ਫੋਨ ਕਰਕੇ ਆਏ। ਦੇਖੋ ਇਸ ਤਰ੍ਹਾਂ ਦੇ ਹਾਲਾਤ ਨੇ, ਕਹਿ ਰਹੇ ਕਿ ਪਹਿਲੀ ਵਾਰ ਆਏ ਹੈ, ਡਾਕਟਰ ਨੂੰ ਮਿਲਣਾ, ਫੋਨ 'ਤੇ ਗੱਲਬਾਤ ਹੋਈ ਹੈ, ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਮਰੀਜ਼ ਚੱਲ ਕੇ ਆਉਣਗੇ, ਡਾਕਟਰ ਨਾ ਮਿਲਣਗੇ, ਜ਼ਾਹਿਰ ਤੌਰ 'ਤੇ ਦਿੱਕਤਾਂ ਨੇ ਜਿਹੜੀਆਂ ਉਹ ਆਮ ਲੋਕਾਂ ਨੂੰ ਜ਼ਰੂਰ ਹੋਣੀਆਂ। ਭੈਣ ਜੀ ਦਵਾਈ ਲੈਣ ਆਏ ਹੋ, ਡਾਕਟਰ ਮਿਲੇ ਕਿ ਨਹੀਂ ਮਿਲੇ, ਕੀ ਕਹਿੰਦੇ ਨੇ? ਦਿੱਕਤ ਕਿੰਨੀ ਆ ਰਹੀ ਹੈ? ਦਿੱਕਤ ਤਾਂ ਬਹੁਤ ਆ ਰਹੀ ਹੈ, ਜੋ ਦੂਰੋਂ ਦੂਰੋਂ ਆ ਰਹੇ ਉਹਨਾਂ ਨੂੰ ਕਿੰਨੀ ਦਿੱਕਤ ਆ ਰਹੀ ਹੈ। ਗੱਲਬਾਤ ਲੋਕਾਂ ਨਾਲ ਕਰਦੇ ਬਾਈ ਜੀ, ਦਿੱਕਤਾਂ ਕਿੰਨੀਆਂ ਆ ਰਹੀਆਂ ਨੇ, ਡਾਕਟਰ ਨੇ ਸਟ੍ਰਾਈਕ 'ਤੇ ਜਾ ਰਹੇ ਨੇ ਇਹਦੀਆਂ ਮੰਗਾਂ ਨੂੰ ਲੈ ਕੇ? ਸਰ ਦਿੱਕਤ ਤਾਂ ਆ ਹੀ ਰਹੀ ਹੈ ਜੀ, ਕਿਉਂਕਿ ਜੇ ਮੰਨ ਲਓ ਕਿਸੇ ਨੂੰ ਕੋਈ ਦਿੱਕਤ ਪੈਂਦੀ ਹੈ ਤਾਂ ਐਟ ਅ ਟਾਈਮ ਡਾਕਟਰ ਦੇ ਕੋਲ ਹੀ ਭੱਜਦੇ ਹਾਂ ਜੀ ਆਪਾਂ। ਸਾਹਮਣੇ ਆਪਾਂ ਨੂੰ ਪਤਾ ਲੱਗੇ ਕਿ OPD ਬੰਦ ਹੈ ਜਾਂ ਡਾਕਟਰ ਆਪਣੀ ਸੀਟ 'ਤੇ ਨਹੀਂ ਹੈਗੇ ਤਾਂ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਜੀ। ਜਿੱਦਾਂ ਕਿ ਹੁਣ ਮੈਂ ਆਇਆ ਸੀਗਾ ਜੀ, ਤਾਂ ਮੈਂ ਗੌਰਮੈਂਟ ਸਰਵਿਸ ਵਾਸਤੇ ਆਪਣਾ ਮੈਡੀਕਲ ਕਰਵਾਉਣ ਆਇਆ ਸੀਗਾ, ਤਾਂ ਬੁੱਧਵਾਰ ਨੂੰ ਵੀ ਅਸੀਂ ਆਏ ਸੀਗੇ, ਉਸ ਦਿਨ ਵੀ ਸਾਨੂੰ ਡਾਕਟਰ ਨਹੀਂ ਮਿਲੇ। ਕੱਲ੍ਹ 15 ਅਗਸਤ ਛੁੱਟੀ 'ਤੇ ਸੀਗੇ ਜੀ, ਅਤੇ ਅੱਜ ਪਤਾ ਚੱਲਿਆ ਸੀਗਾ ਕਿ ਅੱਜ ਮੈਡੀਕਲ ਕਰਵਾ ਲਾਂਗੇ, ਬਟ ਇੱਥੇ ਆ ਕੇ ਪਤਾ ਲੱਗਿਆ OPD ਬੰਦ ਹੈ। OPD ਬੰਦ ਹੋਣ ਕਰਕੇ ਤਾਂ ਕੋਈ ਵੀ ਪਰਚੀ ਨਹੀਂ ਕੱਟੀ ਜਾ ਰਹੀ, ਕੋਈ ਵੀ ਡਾਕਟਰ ਆਪਣੀ ਸੀਟ 'ਤੇ ਨਹੀਂ ਮਿਲਦਾ। ਮੁਸ਼ਕਲ ਕਿੰਨੀ ਆ ਰਹੀ ਹੈ ਜਦੋਂ ਇੱਥੇ ਦਵਾਈ ਲੈਣ ਆਉਂਦੇ ਹੋ, ਡਾਕਟਰ ਨਹੀਂ ਮਿਲਦੇ? ਬਹੁਤ ਮੁਸ਼ਕਿਲ ਆਤੀ ਹੈ ਜੀ, ਕਿਉਂਕਿ ਆਪਾਂ ਇੰਨਾ ਦੂਰ ਸੇ ਆਏ ਹੈਂ, ਇੱਕ ਤਾਂ ਕੰਮ ਵੀ ਥੋੜ੍ਹੇ ਹੈ, ਦਿਹਾੜੀ ਵੀ ਥੋੜ੍ਹੇ ਹੈ, ਔਰ ਉਸਕੇ ਬਾਅਦ ਯਹਾਂ ਦਵਾਈ ਵੀ ਨਹੀਂ ਮਿਲੀ, ਔਰ ਪਰੇਸ਼ਾਨੀ ਵੀ ਹੈ, ਤਕਲੀਫ਼ ਵੀ ਜ਼ਿਆਦਾ ਹੈ। ਕਿੱਥੋਂ ਆਏ ਹੋ, ਕੀ ਮੈਡੀਸਨ ਲੈਣੀ ਸੀ, ਡਾਕਟਰ ਮਿਲੇ ਕਿ ਨਹੀਂ ਮਿਲੇ? ਨਹੀਂ ਜੀ, ਆਸਪੋਸ ਹੋਸਪਿਟਲ ਬੰਦ ਹੈ ਜੀ, ਉਸ ਵੀ ਆਉਂਦੇ ਹੈਗੇ ਤਾਂ ਹਮਲੋਕ ਸਹੀ ਮਾਇਨੇ ਮੇਂ ਦਵਾਈ ਸਹੀ ਮਿਲਦੀ ਨਹੀਂ, ਡਾਕਟਰ ਨਹੀਂ ਮਿਲਦੇ ਕਦੇ ਆਓ, ਵੀ ਪਰੇਸ਼ਾਨੀ ਤਾਂ ਬਹੁਤ ਦਿੱਕਤਾਂ ਉਠਾਉਣੀ ਪੜਤੀ ਹੈ ਜੀ। ਮਾਤਾ ਕੀ ਦਿੱਕਤ ਕਿੰਨੀ ਆ ਰਹੀ ਹੈ, ਹੋਸਪਿਟਲ ਆਏ ਹੋ, ਡਾਕਟਰਾਂ ਦੀ ਹੜਤਾਲ ਆ ਰਹੀ ਹੈ ਜੀ, ਜਦੋਂ ਉਹਨਾਂ ਵੀ ਹੜਤਾਲ ਕਰ ਰੱਖਿਆ, ਦਿੱਕਤ ਤਾਂ ਆਉਣੀ ਹੈ। ਹੁਣ ਜੀ ਅਸੀਂ ਮੈਡਮ ਨੂੰ ਇੰਨਾ ਸੀਗਾ, ਮਸਾਂ ਘਰੋਂ ਆਉਂਦੇ ਹਾਂ ਨਾ, ਅਤੇ ਪਰੇਸ਼ਾਨੀ ਤਾਂ ਆਉਂਦੀ ਹੈ। ਹਾਂਜੀ, ਕਿਉਂਕਿ ਪਹਿਲਾਂ ਵੀ ਕਈ ਦਿਨ ਛੁੱਟੀਆਂ ਸੀ, 15 ਅਗਸਤ ਦਾ ਪ੍ਰੋਗਰਾਮ ਸੀਗਾ, ਅੱਜ ਹੋਸਪਿਟਲ ਖੁੱਲ੍ਹੇ। ਹਾਂਜੀ,
ਦਵਾਈ ਤਾਂ ਜੀ ਆਪਰੇਸ਼ਨ ਕਰਵਾਉਣਾ ਸੀ ਪੱਥਰੀ ਦਾ, ਤਰੀਕ ਦਿੱਤੀ ਸੀਗੀ ਮੈਡਮ ਨੇ, ਫਿਰ ਅੱਜ ਜਦੋਂ ਮੈਡਮ ਹੀ ਨਹੀਂ ਮਿਲ ਰਹੀ ਫਿਰ ਸਾਡੀ ਵੀ ਤਰੀਕ ਵੀ ਲੇਟ ਹੀ ਹੋਊਗੀ ਜਦੋਂ ਫਿਰ ਹਸਪਤਾਲ ਨਾ ਖੁੱਲੂਗਾ ਤਾਂ। ਕਿਹੜੇ ਪਿੰਡੋਂ ਆਏ ਹੋ, ਮੁਸ਼ਕਲ ਕਿੰਨੀ ਹੁੰਦੀ ਹੈ ਜਦੋਂ ਪਿੰਡ 'ਚੋਂ ਗਰਮੀ 'ਚੋਂ ਚੱਲ ਕੇ ਆਵੇ ਮਰੀਜ਼ 'ਤੇ? ਰੋਟੀ ਪਾਣੀ ਵੀ ਖਾਧਾ ਨਰਨੇ ਅੰਦਰ ਆਉਂਦੇ ਹੈਗੇ, ਜਦੋਂ ਵੀ ਹਰ ਟਾਈਮ 'ਤੇ ਆਉਂਦੇ ਹਾਂ ਉਦੋਂ ਨਰਨੇ ਅੰਦਰ ਆਉਂਦੇ ਹਾਂ, ਫਿਰ ਮੁਸ਼ਕਲ ਤਾਂ ਹੋ ਹੀ ਜਾਂਦੀ ਆ, ਬੱਸਾਂ ਗੱਡੀਆਂ ਦੇ ਵਿੱਚ ਗਰਮੀ 'ਚ ਭੁੱਖੇ ਤਾਂ ਤੁਰੇ ਫਿਰਦੇ ਰਹਿੰਦੇ ਹਾਂ। ਬਿਲਕੁਲ, ਹੋਰ ਲੋਕ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ, ਬਾਈ ਜੀ ਇਹ ਸਾਲ ਦੇ 'ਚ ਹੋਸਪਿਟਲ ਆਏ ਹੋ ਅਤੇ ਡਾਕਟਰ ਨਹੀਂ ਮਿਲ ਰਹੇ, ਦਿੱਕਤ ਕਿੰਨੀ ਹੈ? ਇੱਥੇ ਪਹਿਲੀ ਵਾਰ ਆਏ, ਪਹਿਲੀ ਵਾਰੀ ਆਏ, ਦਿੱਕਤ ਕਿੰਨੀ ਆ ਰਹੀ ਹੈ? ਪਹਿਲੀ ਵਾਰੀ ਆਏ ਇਸ ਤੋਂ, ਆਏ ਹੁਣ ਪਹਿਲੀ ਵਾਰ ਡਾਕਟਰ ਮਿਲ ਗਏ? ਮਿਲਣਾ ਹੈ ਜੀ, ਡਾਕਟਰਾਂ ਦੀ ਹੜਤਾਲ ਚੱਲੀ ਦੀ, ਡਾਕਟਰ ਦਾ ਮਿਲਣਾ ਨਹੀਂ ਕੋਈ ਇੱਥੇ? ਡਾਕਟਰ ਮਿਲਣਾ ਫੋਨ ਕਰਕੇ ਆਏ। ਦੇਖੋ ਇਸ ਤਰ੍ਹਾਂ ਦੇ ਹਾਲਾਤ ਨੇ, ਕਹਿ ਰਹੇ ਕਿ ਪਹਿਲੀ ਵਾਰ ਆਏ ਹੈ, ਡਾਕਟਰ ਨੂੰ ਮਿਲਣਾ, ਫੋਨ 'ਤੇ ਗੱਲਬਾਤ ਹੋਈ ਹੈ, ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਮਰੀਜ਼ ਚੱਲ ਕੇ ਆਉਣਗੇ, ਡਾਕਟਰ ਨਾ ਮਿਲਣਗੇ, ਜ਼ਾਹਿਰ ਤੌਰ 'ਤੇ ਦਿੱਕਤਾਂ ਨੇ ਜਿਹੜੀਆਂ ਉਹ ਆਮ ਲੋਕਾਂ ਨੂੰ ਜ਼ਰੂਰ ਹੋਣੀਆਂ। ਭੈਣ ਜੀ ਦਵਾਈ ਲੈਣ ਆਇਓ, ਡਾਕਟਰ ਮਿਲੇ ਕਿ ਨਹੀਂ ਮਿਲੇ, ਕੀ ਕਹਿੰਦੇ ਨੇ? ਦਿੱਕਤ ਕਿੰਨੀ ਆ ਰਹੀ ਹੈ? ਦਿੱਕਤ ਤਾਂ ਬਹੁਤ ਆ ਰਹੀ ਹੈ, ਜੋ ਦੂਰੋਂ ਦੂਰੋਂ ਆ ਰਹੇ ਉਹਨਾਂ ਨੂੰ ਕਿੰਨੀ ਦਿੱਕਤ ਆ ਰਹੀ ਹੈ। ਕੀ ਕਹੋਗੇ, ਕਿਹੜੀ ਦਵਾਈ ਲੈਣਾ ਇਸ ਇੱਥੇ? ਹੱਡੀਆਂ ਦੀ ਲੈਣਾ ਹੈ। ਡਾਕਟਰ ਨਹੀਂ ਮਿਲੇ ਫਿਰ? ਨਹੀਂ ਜੀ।